हेलो फ्रेंड्स थोड़ा बहुत बहुत स्वागत है पावर अप एकेडमी दिल्ली आईएएस दिस YouTube चैनल ऊपर देखो गल है जी अपने स्टूडेंट्स दे बहुत ज्यादा रिस्पांस कमेंट आ रहे सी की बीपीएससी नु बहुत जानकारी है जड़ी बीपीएससी हर रिवील नहीं कर रही सी ता वे कि इनिशिएटिव लिया जावे जिदे तहत बीपीएससी नु आरटी पाके और ना सवालन दे जवाब मांगे जान ठीक है जी ता मैंने 1.5 ਮਹੀਨੇ ਪਹਿਲਾਂ ਇੱਕ ਇਨੀਸ਼ੀਏਟਿਵ ਲਿਆ ਸੀ ਤੇ ਸਾਰੇ ਕੁਐਸਚਨਸ ਨੂੰ ਕੰਪਾਈਲ ਕਰਕੇ ਪ੍ਰੋਪਰ ਪੰਜ ਸਵਾਲਾਂ ਚ ਇੱਕ ਆਰਟੀਆਰ ਤਿਆਰ ਕਰਕੇ ਪੀਪੀਐਸਸੀ ਨੂੰ ਪਾਈ ਸੀ ਜਿੱਦਾਂ ਕੀ ਰਿਸਪੌਂਸ ਆ ਚੁੱਕੇ ਹੈ ਰਿਸਪੌਂਸ ਨੂੰ ਦੇਖੋ ਆਰਟੀਆਈ ਚ ਬਹੁਤ ਜ਼ਿਆਦਾ ਕੁਝ ਤਾਂ ਡਿਸਕਲੋਸ ਨਹੀਂ ਕਰਦੇ ਫਿਰ ਵੀ ਆਪਾਂ ਦੇਖਦੇ ਹਾਂ ਕਿ ਉਹ ਕੀ ਕਹਿ ਰਹੇ ਨੇ ਸਭ ਤੋਂ ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਜੋ ਸਵਾਲ ਕੁਐਸਚਨਸ ਪੁੱਛੇ ਗਏ ਸੀ ਧਿਆਨ ਨਾਲ ਸਮਝਿਓ ਜੀ ਦੇਖੋ ਆਪਾਂ ਪਹਿਲਾ ਸਵਾਲ ਜੋ ਪੁੱਛਿਆ ਸੀ ਇਹਨਾਂ ਨੂੰ ਆਪਾਂ ਸੇ ਐਕ acquisitionਸ ਆਫ ਡਿਫਰੈਂਟ ਪੋਸਟ ਠੀਕ ਹੈ ਜੀ ਜਿੰਨੀਆਂ ਵੀ ਪੋਸਟਾਂ ਇਹਨਾਂ ਨੇ ਕੱਢੀਆਂ ਨੇ ਜਿ ਕੱਢੀਆਂ ਨੇ ਸਾਲ 2022 ਚ 23 ਚ ਠੀਕ ਹੈ ਜੀ ਜਿਵੇਂ ਆਪਣੀ ਸੀਡੀਪੀਓ ਦੀ ਆਈਸੀਆਰ ਦਾ ਉਹ ਐਗਜ਼ਾਮ ਤਾਂ ਇਹ ਕੁਝ ਨਹੀਂ ਹਟਾ ਪਤਾ ਨਹੀਂ ਅਰੇ ਜੀਆ ਜਿੰਨੇ ਐਕquisitionਸ ਆ ਚੁੱਕੀਆਂ ਯਾ ਲਈ ਆਈਆ ਨੇ ਤੇ ਐਗਜ਼ਾਮ ਦੀ ਹਾਲ ਨਹੀਂ ਆਈ इस बार पूछने का मकसद से सारिया पोस्टा बारे जानकारी प्राप्त करना कि चल रहा है ठीक है जी की पूछा गया से देखो प्लीज़ प्रोवाइड अ कॉम्प्रीहेंसिव लिस्ट ऑफ ऑल द रिक रिसीवड बाय द पी पी एससी फॉर डिफरेंट पोस्ट ड्यूरिंग द ईयर टू थाउजेंड ट्वेंटी टू एंड टू थाउजेंड ट्वेंटी थ्री ठीक है जी आई एम परटकूलरली पर्टिकुलरली इंटरेस्टिड इन नोइंग द डिटेल्स ऑफ द पोस्ट ठीक है जानकारी पोस्टा की एंड रिस्पैक्टिव डिपार्टमेंट्स भी कि महकमे वालों के भर्ती की कि ਰਿਕੁਆਇਰਮੈਂਟ ਮੰਗੀ ਗਈ ਇਹ ਸਵਾਲ ਸੀ ਪਹਿਲਾ ਠੀਕ ਹੈ ਜੀ ਦੂਜਾ ਸਵਾਲ ਕੀ ਸੀਗਾ ਉਸ ਟਾਈਮ ਤੇ ਕੋਆਪਰੇਟਿਵ ਇੰਸਪੈਕਟਰ ਦੀ ਜਿਹੜਾ ਰਿਜ਼ਲਟ ਹੈ ਹੁਣ ਤਾਂ ਜੋ ਆਊਟ ਹੋ ਚੁੱਕਿਆ ਉਸ ਟਾਈਮ ਤੇ ਆਊਟ ਨਹੀਂ ਹੋਇਆ ਸੀ ਤਾਂ ਪੁੱਛਿਆ ਗਿਆ ਸੀ ਵੀ ਉਹਦੀ ਭਰਤੀ ਕੰਪਲੀਟ ਹੋਣ ਚ ਕਿੰਨਾ ਟਾਈਮ ਲੱਗੂਗਾ ਠੀਕ ਹੈ ਜੀ ਪੂਰੇ ਰਿਕਰੂਟਮੈਂਟ ਪ੍ਰੋਸੈਸ ਦੇ ਕੰਪਲੀਟ ਹੋਣ ਚ ਠੀਕ ਹੈ ਜੀ ਫਾਈਨਲਾਈਜ਼ ਕਰਨ ਦੇ ਸਿਲੈਕਸ਼ਨ ਆਫ ਕੈਂਡੀਡੇਟਸ ਇਹ ਪੁੱਛਿਆ ਗਿਆ ਸੀ ਉਸ ਟਾਈਮ ਤੇ ਇਹ ਅਕਸਰ ਹੀ ਜਵਾਬ ਦੇਣ ਵਿੱਚ ਮਹੀਨਾ ਲਗਾ ਦਿੰਦੇ ਨੇ ਤਾਂ ਹੁਣੇ ਕੁਐਸਚਨ ਓਨ ਰੈਲੇਵੈਂਟ ਏਰੀਆ ਪਰ ਇਟ ਵਾਸ ਪਾਰਟ ਆਫ ਥੈਟ ਆਰਟੀ ਠੀਕ ਹੈ ਜੀ ਥਰਡ ਕੁਐਸਚਨ ਜਿਹੜਾ ਆਪਾਂ ਪੁੱਛਿਆ ਸੀ ਉਹ ਸੀ ਰੈਕਟੀਫਿਕੇਸ਼ਨ ਆਫ ਮਿਸਟੇਕਸ ਇਨ ਨਾਇਬ ਤਹਿਸੀਲਦਾਰ ਅਪਲੀਕੇਸ਼ਨ ਫਾਰਮ ਹੁਣ ਤਾਂ ਚਲੋ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਵੀ ਹੋ ਚੁੱਕਿਆ ਹੈ ਉਸ ਟਾਈਮ ਤੇ ਕੁਐਸਚਨ ਇਹ ਸੀਗਾ ਵੀ ਕੀ ਕੋਈ ਤਰੀਕਾ ਹੈ ਜਿਸ ਦੇ ਨਾਲ ਜਿਹੜੇ ਸਟੂਡੈਂਟਸ ਨਾਇਬ ਤਹਿਸੀਲਦਾਰ ਦੇ ਫਾਰਮ ਤੇ ਕੋਈ ਮਿਸਟੇਕ ਕਰ ਚੁੱਕੇ ਕਿ ਉਹ ਦੁਬਾਰਾ ਉਹਨੂੰ ਠੀਕ ਕਰ ਸਕਣ ਜਿਵੇਂ ਐਕਸਾਈਜ਼ ਇੰਸਪੈਕਟਰ ਜਿਹੜਾ ਐਗਜ਼ਾਮ ਨਾਇਬ ਜ਼ਿਲਦਾਰ ਦੇ ਤਰ੍ਹਾਂ ਹੀ ਬਹੁਤ ਦੇਰ ਬਾਅਦ ਹੋਇਆ ਸੀ ਉਸ ਵਿੱਚ ਇਹਨਾਂ ਨੇ ਇੱਕ ਵਿੰਡੋ ਦਿੱਤੀ ਸੀ ਕਰੈਕਸ਼ਨ ਵਿੰਡੋ ਉਵੇਂ ਹੀ ਕੁਐਸਚਨ ਇਹ ਸੀ ਕਿ ਨਾਇਬ ਜ਼ਿਲਦਾਰ ਚ ਏਜ ਇੱਕ ਪ੍ਰੋਵੀਜ਼ਨ ਹੈ ਜਾਂ ਨਹੀਂ ਦਿੱਤੀ ਜਾਏਗੀ ਜਾਂ ਨਹੀਂ ਜੋ ਕਿ ਉਹ ਕਲੀਅਰ ਹੀ ਹੋ ਗਿਆ ਕਿ ਨਹੀਂ ਦਿੱਤੀ ਗਈ ਠੀਕ ਹੈ ਜੀ ਇੱਕ ਹੋਰ ਗੱਲ ਚੱਲ ਰਹੀ ਹੈ ਏਡੀਟੀ ਜੋ ਐਗਜ਼ਾਮ ਦੀ ਠੀਕ ਹੈ ਜੀ ਇਹਦੀ ਕੁਆਲੀਫਿਕੇਸ਼ਨ ਦੀ ਗੱਲ ਚੱਲ ਰਹੀ ਹੈ ਵੀ ਟੈਕਨੀਕਲ ਹੋਏਗਾ ਜਾਂ ਜਨਰਲ ਹੋਏਗਾ ਉਹ ਕੁਐਸਚਨ ਪੁੱਛਿਆ ਗਿਆ ਸੀ ਕਿ ਵੀ ਜੇ ਐਡ ਆਂਦੀ ਹੈ ਇਨ ਦੇ ਇਵੈਂਟ ਆਫ ਐਡਵਰਟਾਈਜ਼ਮੈਂਟ ਏਡੀਟੀਓ ਦੀ ਠੀਕ ਹੈ ਜੀ ਤਾਂ ਇਹਦੀ ਕੁਆਲੀਫਿਕੇਸ਼ਨ ਕੀ ਹੋਊਗੀ ਸਿੱਧਾ ਹੀ ਸਵਾਲ ਸੀ ਵੀ ਏਡੀਟੀਓ ਦੀ ਅਗਰ ਐਡ ਕਰਦੇ ਹੋ ਤਾਂ ਉਹਦੀ ਕੁਆਲੀਫਿਕੇਸ਼ਨ ਕੀ ਹੋਊਗੀ ਤੇ ਸਭ ਤੋਂ ਇੰਪੋਰਟੈਂਟ ਕੁਐਸਚਨ ਹੁਣ ਆਪਣਾ ਪੀਸੀਐਸ 2023 ਦਾ ਐਗਜ਼ਾਮ ਨਜ਼ਦੀਕ ਹੈ ਤਾਂ ਪੁੱਛਿਆ ਗਿਆ ਸੀ ਕਿ ਸੀ ਸੈਟ ਨੂੰ ਕੁਆਲੀਫਾਈ ਬਣਾ ਰਹੇ ਹੋ ਜਾਂ ਨਹੀਂ ਤੇ ਆਪਸ਼ਨਲ ਸਬਜੈਕਟਸ ਇੰਟਰੋਡਿਊਸ ਕਰ ਰਹੇ ਹੋ ਕਿ ਨਹੀਂ ਸਿੱਧਾ ਸਿੱਧਾ ਇਹ ਕੁਐਸਚਨ ਪੁੱਛਿਆ ਗਿਆ ਸੀ ਠੀਕ ਹੈ ਜੀ ਪੰਜ ਕੁਐਸਚਨ ਪੁੱਛੇ ਗਏ ਪਹਿਲਾ ਸੀ ਰੈਕੁਇਜ਼ਿਸ਼ਨਸ ਠੀਕ ਹੈ ਜੀ ਦੂਜਾ ਕੋਬੈਟਿਵ ਇਨਸਪੈਕਟਰ ਤੀਜਾ ਨੈਬ ਸਿਲਦਾਰ ਚੌਥਾ ਐਡੀਟੋ ਐਂਡ ਫਿਫਥ ਵਨ ਪੀਸੀਐਸ ਠੀਕ ਹੈ ਜੀ ਹੁਣ ਆਪਾਂ ਦੇਖਦੇ ਆਂ ਇਹਨਾਂ ਨੇ ਕੀ ਰਿਸਪੌਂਸ ਦਿੱਤਾ ਹੈ ਇਹਨਾਂ ਸਵਾਲਾਂ ਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆ ਗਿਆ ਇਹਨਾਂ ਸਾਰੇ ਕੁਐਸਚਨ ਆਪਾਂ ਕੀ ਪੁੱਛੇ ਨੇ ਹੁਣ ਆਪਾਂ ਇਹਦਾ ਰਿਸਪੌਂਸ ਨੂੰ ਐਨਾਲਾਈਜ਼ ਕਰਦੇ ਆਂ ਕਿ ਵਾਟ ਹੈਵ ਦੇ ਰਿਪਲਾਈਡ ਟੂਅਰ ਕੁਐਸਚਨਸ ਠੀਕ ਹੈ ਜੀ इन्हें रिप्लाई है तो चंकी तरह अपनी स्क्रीन उपर देख सकते हो प्रॉपर रिप्लाई आया किसी जी लड़ी नंबर इन्ना डेट इन्नी पंद्रह जून दो हज़ार तेई ठीक है जी पंद्रह जून दो हज़ार तेई में इन्होंने रिस्पोंस तैयार किया ठीक है जी इन्ना अपना लैटर नंबर नहीं डेट जो भी है ठीक है हूँ देखो की इन्हना रिप्लाई आया फस्ट केंद्र लड़ी नंबर एक संबंधी सूचना ठीक है जी लड़ी नंबर एक कहना देखो कॉपेटिव इंस्पैक्टर ਠੀਕ ਹੈ ਰਿਕੁਇਰਿਸ਼ਨਸ ਰਿਕੁਇਰਿਸ਼ਨਸ ਵੀ ਕਿੰਨੀ ਪੋਸਟਾਂ ਨੇ ਸਾਰਾ ਵੇਰਵਾ ਠੀਕ ਹੈ ਕਹਿੰਦੇ ਪੀਪੀਐਸਸੀ ਸਾਈਡ ਤੋਂ ਉਪਲਬਧ ਹੈ ਇਹਨੇ ਕਹਿੰਦਾ ਭਾਵੇਂ ਇਹ ਜਿਹੜੀ ਐਡ ਕਰਤੀ ਜਿਹੜੀ ਐਡ ਰਿਲੀਜ਼ ਹੋ ਚੁੱਕੀ ਹੈ ਉਹ ਤਾਂ ਸਾਈਟ ਤੇ ਹੈਗੀ ਹੈ ਠੀਕ ਹੈ ਤੇ ਸਵਾਲ ਦਾ ਦੂਜਾ ਹਿੱਸਾ ਵੀ ਬਾਕੀ ਜਿਹੜੇ ਪਬਲਿਕ ਚ ਨਹੀਂ ਹੈਗੇ ਆ ਉਹ ਕਹਿੰਦੇ ਅਸੀਂ ਭਾਰਤ ਸਰਕਾਰ ਦੇ ਮੈਮੋਰੰਡਮ ਮੈਮੋਰੰਡਮ ਨੰਬਰ 2 ਦੇ ਤਹਿਤ ਦੇਣ ਦੇ ਉਪਬੰਧ ਨਹੀਂ ਹੈਗੇ ਠੀਕ ਹੈ ਮਤਲਬ ਦੇ ਰਿਫਿਊਜ਼ਡ ਟੂ गिव एनी इंफॉर्मेशन अबाउट दैट ठीक है जी मतलब पीपीएससी ने इस बारे कोई जानकारी देने तो जवाब दे देता ਲੜੀ ਨੰਬਰ 2 ਤੇ 3 ਸੰਬੰਧੀ ਸੂਚਨਾਵਾਂ ਕਮਿਸ਼ਨ ਦੀ ਵੈਬਸਾਈਟ ਤੇ ਉਪਲਬਧ ਹਨ ਹੁਣ ਇਹ ਕੀ ਹੋਇਆ ਦੇਖੋ ਜਿਸ ਟਾਈਮ ਤੱਕ ਇਹਨਾਂ ਨੇ ਜਵਾਬ ਤਿਆਰ ਕੀਤਾ ਆਪਾਂ ਗੱਲ ਕੀਤੀ ਹੈ ਕੋਆਪਰੇਟਿਵ ਇਨਸਪੈਕਟਰ ਤੇ ਨੈਬ ਸਿਲ ਦਾ ਪ੍ਰੋਸੈਸ ਕੰਪਲੀਟ ਹੋ ਗਿਆ ਸੀ ਤਾਂ ਆਟੋਮੈਟਿਕਲੀ ਜੋ ਜੋ ਮੈਂ ਪੁੱਛਿਆ ਉਹ ਸਾਰਾ ਆਟੋਮੈਟਿਕਲੀ ਕਲੀਅਰ ਹੋ ਗਿਆ ਤਾਂ ਇਹ ਕਹਿੰਦੇ ਵੀ ਲੜੀ ਨੰਬਰ 2 ਤੇ 3 ਦਾ ਸਭ ਕੁਝ ਵੈਬਸਾਈਟ ਤੇ ਪੈ ਚੁੱਕਿਆ ਉਨ ਗੱਲ ਰਹਿ ਗਈ ਮੈਂ ADTO ਤੇ PCS ਦੀ ਠੀਕ ਹੈ ਜੀ ਜਿਹੜੇ ਆਪਣੇ ਮੇਨ ਕੁਐਸ਼ਨਸ ਨੇ ਕਿਉਂਕਿ ਦੇਖੋ ADTO ਦਾ ਐਗਜ਼ਾਮ ਹਲੇ ਐਡ ਆਣੀ ਹੈ ਤੇ PCS ਦੀ ਵੀ ਐਡਵਰਟਾਈਜ਼ਮੈਂਟ ਅਲੇ ਰਿਲੀਜ਼ ਹੋਣੀ ਹੈ ਦੇਖੋ ਫੋਰਥ ਸਾ ਕੀ ਕਹਿੰਦੇ ਨੇ ਕਹਿੰਦੇ ਲੇੜੀ ਨੰਬਰ 4 ਸਬੰਧਿਤ ਟ੍ਰਾਂਸਪੋਰਟ ਵਿਭਾਗ ਠੀਕ ਹੈ ਜੀ ਪੰਜਾਬ ਨੂੰ ਤਾਲਮਿਲ ਕ੍ਰਿੰਦ ਕਿਰਪਾਲਤਾ ਕੀਤੀ ਜਾਵੇ ਕਹਿੰਦੇ ਤੁਸੀਂ ਆਪਣੀ RTI ਟ੍ਰਾਂਸਪੋਰਟ ਡਿਪਾਰਟਮੈਂਟ ਨੂੰ ਪਾਓ ਕਿਉਂਕਿ ਕਮਿਸ਼ਨ ਕੋਲ ਐਡੀਟੂ ਦੀ ਕੋਈ ਮੰਗ ਪੱਤਰ ਪ੍ਰਾਪਤ ਨਹੀਂ ਹੋਇਆ ਇਹ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ ਹਲੇ ਤੱਕ ਰਿਕੁਇਰਿਸ਼ਨ ਨਹੀਂ ਪਹੁੰਚੀ ਪੀਪੀਐਸਸੀ ਨੂੰ ਤਾਂ ਅਗਰ ਟਰਾਂਸਪੋਰਟ ਡਿਪਾਰਟਮੈਂਟ ਰਿਕੁਇਰਿਸ਼ਨ ਸੈਂਡ ਕਰੇਗਾ ਬੀਪੀਐਸਸੀ ਨੂੰ ਉਸ ਤੋਂ ਬਾਅਦ ਹੀ ਪੀਪੀਐਸਸੀ ਆਪ ਨੂੰ ਦੱਸ ਪਾਏਗੀ ਇਹਦੇ ਨਾਲ ਆਪਣਾ ਇਹ ਵੀ ਕਲੀਅਰ ਹੋ ਗਿਆ ਕਿ ਇਸ ਐਗਜ਼ਾਮ ਦੀ ਸਟੇਜ ਹਲੇ ਬਹੁਤ अर्ਲੀ ਹੈ ਇਟ ਮੀਨਸ ਹਲੇ ਟਾਈਮ 'ਤੇ ਹੈ ਪਹਿਲਾ ਮੰਗ ਪੱਤਰ ਭੇਜਿਆ ਜਾਏਗਾ ਟਰਾਂਸਪੋਰਟ ਵਿਭਾਗ ਵੱਲੋਂ ਪੀਪੀਐਸਸੀ ਨੂੰ ਉਸ ਤੋਂ ਬਾਅਦ ਉਹ ਮੰਗ ਪੱਤਰ ਦੇ ਅਨੁਸਾਰ ਉਹਦੇ ਅਕੋਰਡਿੰਗ ਹੀ ਐਡ ਤਿਆਰ ਕੀਤੀ ਜਾਏਗੀ ਉਸ ਤੋਂ ਬਾਅਦ ਹੀ ਕੁਝ ਕਲੀਅਰ ਹੋ ਪਾਏਗਾ ਕਿ ਵੈਦਰ ਦ ਕੋਲੀਫੀਕੇਸ਼ਨ ਇਸ ਗੋਇੰਗ ਟੂ ਬੀ ਟੈਕਨੀਕਲ অর ਜਨਰਲ ਠੀਕ ਹੈ ਜੀ ਬਸੇ ਅਗਰ ਤੁਸੀਂ ਮੈਂ ਪਰਸਨਲ opinion ਪੁੱਛਾਂ ਤਾਂ ਬਹੁਤ ਚਾਂਸਸ ਨੇ ਕਿ ਟੈਕਨੀਕਲ ਨਹੀਂ ਹੋਏਗਾ ਠੀਕ ਹੈ ਜੀ ਐਂਡ ਫਿਫਥ ਲਾਸਟ ਕੁਐਸਚਨ ਹੁਣ ਇੱਕ ਇਹਦੇ ਜੋ ਜਵਾਬ ਹੈ ਬਹੁਤ ਕੰਟਰੋਵਰਸ਼ੀਅਲ ਲੱਗ ਰਿਹਾ ਮੈਨੂੰ ਕਿਉਂਕਿ ਇਹ ਕਹਿੰਦੇ ਵੀ ਪੀਸੀਐਸ ਰੂਲਸ ਦੇਖੋ 2009 14 15 ਐਮੈਂਡਮੈਂਟ ਮਤਲਬ ਹਾਲੇ ਤੱਕ ਕੋਈ ਅਫੀਸ਼ੀਅਲ ਅੰਦਰ ਨਾ ਦੇ ਨੀ ਚੇਂਜ ਆਇਆ ਕੋਈ ਅਗਰ ਸੀ ਸੈਟ ਵਾਲੀ ਜੋ ਗੱਲ ਚੱਲ ਰਹੀ ਹੈ ਮਤਲਬ ਫਾਈਨਲਾਈਜ਼ ਨਹੀਂ ਹੋਈ ਅਗਰ ਅੱਜ ਹੀ ਐਡ ਆਣੀ ਹੋਵੇ ਇਫ ਦਾ ਐਡ ਇਜ਼ ਟੂ ਬੀ ਰਿਲੀਜ਼ਡ ਟੂਡੇ ਦੈਨ देयर विल बी ਨੋ ਚੇਂजेस ਮਤਲਬ ਜੋ ਵੀ ਚੇਂਜ ਪ੍ਰੋਪੋਜ਼ਡ ਹੈ ਵਾਲੇ ਉਹ ਕਰਨਾ ਹੈ ਤਾਂ ਉਹਦੇ ਅਕੋਰਡਿੰਗ ਜੋ ਅਮੈਂਡਮੈਂਟ ਕਰਨੀ ਹੈ ਉਹ ਵਾਲੇ ਹੋਣੀ ਬਾਕੀ ਹੈ ਤਾਂ ਜਿਵੇਂ ਪ੍ਰੋਪਰ ਅਮੈਂਡਮੈਂਟ ਹੋਏਗੀ ਪੀਸੀਐਸ ਰੂਲਸ 2023 ਦੇ ਵਿੱਚ 2023 ਦੀ ਅਮੈਂਡਮੈਂਟ ਉਸ ਅਮੈਂਡਮੈਂਟ ਯਾਨੀ ਕਿ ਸੋਧ ਦੇ ਨਾਲ प्रोविजन एड किए जाएंगे सी सैट न क्वालीफाइंग बनाने एज वैल एज ऑप्शनल अगर इंट्रोड्यूस करने हैं इट्स टू अरली टू प्रडिक्ट एनीथिंग बट अकॉर्डिंग टू द र्यूमरस अकॉर्डिंग टू वट इज़ आउट देर आपा हिसाब ही लगया बार सी सैट क्वालिफाई पर ओनली टाइम कैन टैल ठीक है जी इस आर टी आई तो जो जो जानकारी मिल सकती सी वो आपको शेयर कर दिती है ठीक है जी हूँ एक इंपोर्टेंट हो रहा है रिगार्डिंग पी सी एस दो हज़ार तेई ठीक है जी पी सी एस दो हज़ार तेई की जी एडवर्टीजमेंट है उस एक्सपैक्टेड है सपटेंबर च ठीक है जी चाहे ऑफिशियली अपना आर टी आई जवाब ना दें ठीक है बट इट इज़ एक्सपैक्ट इन सपटेंबर तो पी सी एस द बैचिज शुरू हो गए हैं ठीक है जी बैच साढ़ा ऑनलाइन हों जी ऑनलाइन ਪਲੱਸ ਆਫਲਾਈਨ ਮਟੀਰੀਅਲ ਠੀਕ ਹੈ ਜੀ ਤੁਹਾਨੂੰ ਕੋਈ ਵੀ ਬੁੱਕ ਕੁਝ ਵੀ ਬਾਜ਼ਾਰ ਵਿੱਚੋਂ ਖਰੀਦਣ ਦੀ ਜ਼ਰੂਰਤ ਨਹੀਂ ਪੈਂਦੀ ਤੁਹਾਨੂੰ ਸਾਰਾ ਮਟੀਰੀਅਲ ਤੁਹਾਡੇ ਘਰ ਪਹੁੰਚਾਇਆ ਜਾਂਦਾ ਹੈ ਥਰੂ ਪੋਸਟ ਜਾਂ ਪਾਰਸਲ ਤੇ ਆਪਣਾ ਬੈਚ ਜਿਹੜਾ ਪ੍ਰੋਪਰ ਆਨਲਾਈਨ ਲੈਂਦਾ ਆਪਣੇ ਬੈਚ ਦੀ ਖਾਸ ਗੱਲ ਕੀ ਹੈ ਤੁਹਾਨੂੰ ਬਿਲਕੁਲ ਨਹੀਂ ਫੀਲ ਹੁੰਦਾ ਕਿ ਤੁਸੀਂ ਆਨਲਾਈਨ ਬੈਠੇ ਹੋ ਕਿ ਆਫਲਾਈਨ ਆਪਣੇ ਬੈਚ ਦੀ ਮੈਕਸਿਮਮ ਸਟਰੈਂਥ ਹੈ ਓਨਲੀ 5 ਠੀਕ ਹੈ ਸਿਰਫ 5 ਜੇ 5 ਤੋਂ ਵੱਧ ਸਟੂਡੈਂਟਸ ਜੁਆਇਨ ਕਰਦੇ ਆ ਤਾਂ ਆਪਾਂ ਇੱਕ ਨਵਾਂ ਬੈਚ ਬਣਾ ਦਿੰਨੇ ਆ ਠੀਕ ਹੈ ਜੀ ਆਪਣੇ ਬੈਚਸ ਬਹੁਤ ਹੀ ਵਧੀਆ ਰਿਸਪੌਂਸ ਆ ਰਿਹਾ ਬਹੁਤ ਸਟੂਡੈਂਟਸ ਕੁਝ ਨੇ ਤੇ ਆਪਣੇ ਬੈਚ ਨਿਊ ਨਿਊ ਸਟਾਰਟ ਹੁੰਦੇ ਰਹਿੰਦੇ ਨੇ ਤਾਂ ਅਗਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਪੀਸੀਐਸ ਦਾ ਤਾਂ ਉਹ ਪੂਰੇ ਤਰ੍ਹਾਂ ਆਨਲਾਈਨ ਚੱਲੇਗਾ ਤੇ ਐਵਰੇਜ 2 ਆਵਰਸ ਦੀ ਕਲਾਸ ਚੱਲੇਗੀ ਉਹ ਕਲਾਸ ਵਿੱਚ ਗਾਈਡੈਂਸ ਵੀ ਹੋਏਗੀ ਠੀਕ ਹੈ ਜੀ ਤੇ ਸੈਸ਼ਨ ਵੀ ਚੱਲਣਗੇ ਆਪਣੇ ਪ੍ਰੋਪਰ ਸਬਜੈਕਟ ਵਾਈਜ਼ ਇਸ ਤੋਂ ਇਲਾਵਾ ਵੀਕਲੀ ਟੈਸਟਸ ਠੀਕ ਹੈ ਜੀ ਟੈਸਟਿੰਗ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਕਿਸੇ ਵੀ ਐਗਜ਼ਾਮ ਦੀ ਤਿਆਰੀ ਚ ਪੀਸੀਐਸ ਦਾ ਖਾਸ ਕਰ ਠੀਕ ਹੈ ਜੀ ਆਪਾਂ ਹੁਣ ਜਿਵੇਂ ਕਿ ਨਾਇਕ ਸਿਲਦਾ ਦੇ ਕੁਐਸਚਨ ਦੇਖੇ ਜੀ ਇਸ ਤੇ ਸਟੂਡੈਂਟਸ ਕਹਿ ਰਹੇ ਸੀ ਕਿ ਬਹੁਤ ਮੁਸ਼ਕਿਲ ਸੀਗੇ ਹਨਾ ਜੀ ਵੀ ਯੂਪੀਐਸਸੀ ਲੈਵਲ ਦੇ ਸੀ ਤਾਂ ਆਪਾਂ ਨੂੰ ਯੂਪੀਐਸਸੀ ਲੈਵਲ ਦੀ ਹੀ ਤਿਆਰੀ ਕਰਨੀ ਪਵੇਗੀ ਚਾਹੇ ਤੁਸੀਂ ਪੀਪੀਐਸਸੀ ਦਾ ਐਗਜ਼ਾਮ ਕਰਨਾ ਕੋਈ ਬੀਟ ਪੀਸੀਐਸ ਔਰ ਈਵਨ ਨੈਪਸੂਲਰ ਇਸ ਲੈਵਲ ਤੱਕ ਹੁਣ ਕੰਪੀਟੀਸ਼ਨ ਵੱਧ ਚੁੱਕਿਆ ਹੈ ਦੇਖੋ ਤੁਸੀਂ ਯੂਪੀਐਸਸੀ ਤੇ ਪੀਪੀਐਸਸੀ ਤਿਆਰੀ ਹੀ ਕਰਨੀ ਪਵੇਗੀ ਉਹਦਾ ਬੈਚ ਆਪਣਾ ਚੱਲ ਰਿਹਾ ਹੈ ਤੁਸੀਂ ਡੈਮੋ ਕਲਾਸ ਲਗਾ ਸਕਦੇ ਹੋ ஆன்ਲਾਈਨ ਬੈਚ ਦੇ ਆ ਠੀਕ ਹੈ ਜੀ ਤੇ ਤੁਹਾਨੂੰ ਕੋਈ ਵੀ ਕੁਇਰੀ ਹੈ ਕੋਈ ਵੀ ਡਾਊਟ ਹੈ ਗਾਈਡੈਂਸ ਲੈਣੀ ਹੈ ਕੁਝ ਵੀ ਗੱਲਬਾਤ ਕਰਨੀ ਹੈ ਤੁਸੀਂ 904113344 8241133346 ਇਸ ਨੰਬਰ ਉੱਤੇ ਅੰਕਿਤ ਸਰ ਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਚਲੋ ਉਮੀਦ ਹੈ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਹੋਵੇ ਇਸ ਵੀਡੀਓ ਤੋਂ पर आर टीच देखिया कि बहुत ज्यादा जानकारी नहीं देंगे चलो फिर भी समथिंग इज़ बैटर दैन नथिंग सो ऑन ए पॉजिटिव नोट लैट्स एंड दिस वीडियो ठीक है जी मिलते हैं आप अगली वीडियो किसी नवे टॉपिक नाल तद तकली बाय बाय